ਸਿਕੰਦਰ ਨੂੰ ਪੋਰਸ ਨੇ ਕਿਹਾ ਸੀਗਾ ਤੂੰ ਸਾਡੇ ਨਾਲ ਐਵੇਂ ਲੜਨ ਆ ਗਿਆ ਐਡੀ ਦੂਰੋਂ। ਜੇ ਤੂੰ ਪਾਣੀ ਵਾਸਤੇ ਲੜਦਾ ਨਾ, ਇਹਦੇ ਉਹਦਾ ਡਾਇਲੋਗ ਆ ਬਹੁਤ ਮਸ਼ਹੂਰ ਪੋਰਸ ਦਾ, ਵੀ ਜੇ ਤੂੰ ਪਾਣੀ ਵਾਸਤੇ ਲੜਦਾ ਤਾਂ ਸਮਝ ਆਉਂਦੀ ਸੀ ਵੀ ਤੂੰ ਕਿਸੇ ਗੱਲ ਵਾਸਤੇ ਲੜ ਰਿਹਾ। ਉਦੋਂ ਵੀ ਪਾਣੀ ਦੀ ਮੁਹੱਬਤ ਇੰਨੀ ਸੀ। ਮੈਂ 324 BC ਦੀ ਗੱਲ ਕਰ ਰਿਹਾ, ਬਿਫੋਰ ਕ੍ਰਾਈਸਟ ਦੀ ਗੱਲ ਕਰ ਰਿਹਾ। ਅੱਜ ਵੀ ਉਹੀ ਮੁਹੱਬਤ ਸਾਡੀ ਪਾਣੀ ਨਾਲ, ਸਾਡੇ ਕੋਲ ਪਾਣੀ ਤੋਂ ਬਿਨਾਂ ਹੈ ਕੀ ਹੈ? ਦਰਿਆ ਚਲੇ ਗਏ, ਲਕੀਰਾਂ ਰਹਿ ਗਈਆਂ ਨੇ, ਪਹਾੜ ਚਲੇ ਗਏ ਨੇ, ਦਰਸ਼ਨ ਰਹਿ ਗਏ ਨੇ, ਔਰ ਸਾਡੇ ਕੋਲ ਪਾਣੀ ਜਿਹੜਾ 34% ਹੈ ਪੰਜਾਬ ਕੋਲ, ਬਾਕੀ ਦਾ ਪਾਣੀ ਹਰਿਆਣੇ ਨੂੰ ਔਰ ਰਾਜਸਥਾਨ ਨੂੰ, ਜਿਨ੍ਹਾਂ ਦਾ ਕੋਈ ਹੱਕ ਹੀ ਨਹੀਂ ਬਣਦਾ। ਜੇ ਰਿਪੇਰੀਅਨ ਲਾਅ ਜਿਹੜਾ ਹੈਗਾ ਸਾਰੀ ਦੁਨੀਆ ਮੰਨਦੀ ਹੈ, ਜੇ ਉਹ ਕਿਤੇ ਲਾ ਕੇ ਦੇਖ ਲਓ ਤਾਂ ਸਾਡਾ ਪਾਣੀ ਤਾਂ ਸਿਰਫ ਕੇਵਲ ਅਤੇ ਕੇਵਲ ਪੰਜਾਬ ਦਾ। ਇਹ ਸਾਨੂੰ ਇਸ਼ੂ ਹੀ ਨਹੀਂ ਚੱਕਣਾ ਚਾਹੀਦਾ ਕਿ ਹਰਿਆਣੇ ਨੂੰ ਦੇ ਦੇਣਾ ਚਾਹੀਦਾ ਔਰ ਉਹ ਫਲਾਣੇ ਨੂੰ ਦੇ ਦੇਣਾ ਚਾਹੀਦਾ। ਮੈਂ ਕਹਿਣਾ ਕਿ ਜੋ ਹਰਿਆਣੇ ਨੂੰ ਮਿਲ ਰਿਹਾ ਨਾ, ਇਹ ਧੱਕੇ ਦਾ ਮਿਲ ਰਿਹਾ, ਔਰ ਜੋ ਰਾਜਸਥਾਨ ਨੂੰ ਮਿਲ ਰਿਹਾ ਇਹ ਬਿਲਕੁਲ ਹੀ ਧੱਕਾ ਹੈ, ਛਾਤੀ 'ਤੇ ਪੈਰ ਧਰਨ ਵਾਲੀ ਗੱਲ ਹੈ। ਮੈਂ ਸਮਝਦਾ ਕਿ ਪੰਜਾਬ ਦੇ ਪੰਜਾਂ ਪਾਣੀਆਂ ਦਾ ਜਿਹੜਾ ਰਿਪੇਰੀਅਨ ਲਾਅ ਹੈ, ਇੰਟਰਨੈਸ਼ਨਲ ਲਾਅ ਹੈ, ਉਹਦੇ ਮੁਤਾਬਕ ਮੈਂ ਸਮਝਦਾ ਪੰਜਾਬ ਦੇ ਪਾਣੀਆਂ 'ਤੇ ਕੇਵਲ ਅਤੇ ਕੇਵਲ ਪੰਜਾਬ ਦਾ ਹੀ ਹੱਕ ਹੈ। ਉੱਧਰਲਾ ਪੰਜਾਬ ਉੱਧਰਲੇ ਪਾਣੀ ਲਈ ਬੈਠਾ ਹੈ, ਸਾਡਾ ਪੰਜਾਬ ਜਿਹੜਾ ਜਿਹੜਾ ਪਾਣੀ ਹੈਗਾ ਉਹਦਾ ਚੌਥਾ ਹਿੱਸਾ ਲੈ ਰਿਹਾ। ਕਿਆ ਬਦਕਿਸਮਤੀ ਹੈ ਸਾਡੇ ਕੋਲ, ਸਾਡੀ ਆਪਣੀ ਧਰਤੀ ਬਾਂਝ ਹੋ ਰਹੀ ਹੈ, ਸਾਡਾ ਪਾਣੀ ਦੋ ਹੇਠਾਂ ਕਿੰਨਾ ਚਲਾ ਗਿਆ ਵੀ, ਨਾ ਨਲਕੇ ਲੱਗ ਰਹੇ ਨੇ ਨਾ ਟਿਊਬਵੈੱਲ ਲੱਗ ਰਹੇ ਨੇ। ਤੁਸੀਂ ਇਹ ਦੇਖ ਲਓਗੇ ਨਜ਼ਾਰਾ, ਵਾਹਿਗੁਰੂ ਕਰੇ ਨਾ ਦੇਖਣ ਨੂੰ ਮਿਲੇ ਕਿ ਇਹ ਧਰਤੀ ਜਿਹੜੀ ਹੈ ਰਾਜਸਥਾਨ ਦੇ ਟਿੱਬਿਆਂ ਦੇ ਨਾਲੋਂ ਬਰਤਰ ਧਰਤੀ ਹੋਏਗੀ। ਅਸੀਂ ਸਾਰੇ ਗੁੰਮ ਚੁੱਕੇ ਹੋਏ ਲੋਕ ਹਾਂ, ਅਸੀਂ ਬੜੇ ਡਿਸਟਰਬਡ ਲੋਕ ਹਾਂ, ਸਾਡੇ ਕੋਲ ਪਾਣੀ ਵੀ ਖੋਲਿਆ, ਸਾਡੇ ਕੋਲ ਰਹਿ ਕੀ ਗਿਆ? ਪਾਣੀ ਪੀਣ ਨੂੰ ਸਾਡੇ ਕੋਲ ਹੈ ਨਹੀਂ, ਬਿਲਕੁਲ ਪੀਣ ਨੂੰ ਪਾਣੀ ਨਹੀਂ ਮਿਲਣਾ ਸਾਨੂੰ, ਸਾਡੇ ਖੇਤਾਂ ਦੀ ਕਹਾਣੀ ਛੱਡੋ ਤੁਸੀਂ। ਮੈਂ ਸਮਝਦਾ ਕਿ ਪੰਜਾਬ ਦੇ ਪਾਣੀਆਂ ਦੇ ਉੱਤੇ ਪੰਜਾਬ ਦਾ ਹੱਕ ਹੈ, ਹੋਰ ਕਿਸੇ ਦੇਸ਼ ਦਾ, ਕਿਸੇ ਮੁਲਕ ਦਾ, ਕਿਸੇ ਦੇਸ਼ ਦੀ ਕੰਸਟੀਟਿਊਸ਼ਨ ਦਾ ਹੱਕ ਨਹੀਂ। ਪਾਣੀਆਂ ਦਾ ਮਸਲਾ ਜਿਹੜਾ ਕੰਸਟੀਟਿਊਸ਼ਨ ਤੋਂ ਅਬਵ ਵੀ ਹੈ।